ਫਿਰੋਜ਼ਪੁਰ 'ਚ ਲੋਹੜੀ ਦੇ ਤਿਉਹਾਰ ਦੇ ਮੌਕੇ 'ਤੇ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਤਲਵੰਡੀ ਭਾਈ ਇਲਾਕੇ 'ਚ ਮੁਕਾਬਲਾ ਹੋਇਆ ਹੈ, ਜਿਸ ਗੈਂਗਸਟਰ ਨਾਲ ਪੁਲਿਸ ਮੁਕਾਬਲਾ ਹੋਇਆ ਹੈ ਉਹ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਗੁਰਪਿਆਰ ਸਿੰਘ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਤਲਵੰਡੀ ਥਾਣਾ ਦੇ ਪੁਲਿਸ ਨੇ ਜਦੋਂ ਨਾਕੇ 'ਤੇ ਗੁਰਪਿਆਰ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਉਸ 'ਤੇ ਜਵਾਬੀ ਫਾਇਰਿੰਗ ਕੀਤੀ ਹੈ। ਫਾਇਰਿੰਗ ਦੌਰਾਨ ਗੈਂਗਸਟਰ ਗੁਰਪਿਆਰ ਸਿੰਘ 'ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਜ਼ਖਮੀ ਹੋਏ ਗੈਂਗਸਟਰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਇਸ ਸਾਰੇ ਮਾਮਲੇ ਸੰਬੰਧੀ DIG ਫਿਰੋਜ਼ਪੁਰ ਰਣਜੀਤ ਸਿੰਘ ਢਿੱਲੋਂ ਨੇ ਵਧੇਰੇ ਜਾਣਕਾਰੀ ਦਿੱਤੀ ਹੈ। ਸਰ, ਅੱਜ ਜਿਹੜੀ ਕੱਲ੍ਹ ਸ਼ਾਮ ਤਲਵੰਡੀ ਭਾਈ SHO ਇੱਥੋਂ ਦੀ ਪੁਲਿਸ ਅਤੇ CIA ਸਟਾਫ ਜੀਰਾ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀ ਰਾਤ ਦਾ ਹੀ। ਸਵੇਰੇ ਇੱਕ ਵਿਅਕਤੀ ਆ, ਉਹਨੇ ਆ ਕੇ ਮੋਟਰਸਾਈਕਲ 'ਤੇ ਆ ਰਿਹਾ ਸੀ, ਉਹਨੂੰ ਮੋਟਰਸਾਈਕਲ ਰੋਕਣ ਦੀ ਬਜਾਏ ਉਹਨੇ ਪੁਲਿਸ ਪਾਰਟੀ ਜਿਹੜੀ ਖੜ੍ਹੀ ਸੀ ਆਪਣੀ ਚੈਕਿੰਗ ਕਰਾਉਣ ਦੀ ਬਜਾਏ ਉਹ 'ਤੇ ਉਹਨੇ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਆਪਦਾ ਬਚਾਅ ਕਰਦੇ ਹੋਏ ਉਹ 'ਤੇ ਫਾਇਰਿੰਗ ਕੀਤੀ। ਫਾਇਰਿੰਗ ਕਰਕੇ ਉਹਦੇ ਪੈਰ ਦੇ ਵਿੱਚ ਗੋਲੀ ਲੱਗੀ ਆ ਅਤੇ ਉਹਨੂੰ ਕਾਬੂ ਕੀਤਾ। ਉਦੋਂ 38 ਬੋਰ ਰਿਵਾਲਵਰ ਇੱਕ ਸਮੇਤ ਉਹਨੂੰ ਉੱਥੋਂ ਕਾਬੂ ਕੀਤਾ। ਕਾਬੂ ਕਰਨ 'ਤੇ ਉਹਦੀ ਪੁੱਛਗਿੱਛ ਕਰਨ 'ਤੇ ਇਹ ਪਤਾ ਲੱਗਿਆ ਇਹ ਅੱਜ ਪਿਛਲੇ ਕੁਛ ਸਮੇਂ ਤੋਂ ਚੌਹਾਨ ਜੈਲਰ ਦੇ ਤਲਵੰਡੀ ਭਾਈ ਆ, ਉਹਨਾਂ ਤੋਂ ਫਰੌਤੀ ਮੰਗੀ ਸੀਗੀ ਅਰਸ਼ ਡੱਲੇ 'ਤੇ ਪੀਤੇ ਨੇ। ਇਹ ਉਹਨਾਂ ਦੇ ਆਖੇ ਹੋਏ ਇੱਥੇ ਰੈਕੀ ਕਰਨ ਆਇਆ ਸੀ। ਅੱਜ ਫਿਰ ਇਹ ਰੈਕੀ ਕਰਕੇ ਇਹਨਾਂ ਨੇ ਅਗਲੀ ਉਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹ ਅਰਸ਼ ਡੱਲੇ ਦੇ ਕਹਿਣ 'ਤੇ ਇਹ ਅਤੇ ਇਹਦੇ ਦੋ ਹੋਰ ਸਾਥੀ ਨੇ, ਉਹ ਜਿਹੜੇ ਸੰਦੀਪ ਸਿੰਘ ਆ ਅਤੇ ਇੱਕ ਹੋਰ ਆ, ਉਹ ਇਸ ਇਲਾਕੇ ਦੇ ਵਿੱਚ ਆਮ ਜਿਹੜੇ ਵਪਾਰੀ ਨੇ ਜਾਂ ਹੋਰ ਆ ਉਹਨਾਂ ਤੋਂ ਫਰੌਤੀਆਂ ਦੀ ਮੰਗ ਕਰਕੇ ਉਹਨਾਂ ਨੂੰ ਫਾਇਰ ਕਰਕੇ ਡਰਾਉਣ ਦੀ ਨੀਅਤ ਨਾਲ ਫਰੌਤੀਆਂ ਲੈਣ ਦੇ ਪਰਪਜ਼ ਨਾਲ ਇਹ ਸਾਰੀ ਕਾਰਵਾਈ ਕਰਦੇ ਨੇ। ਫਿਰੋਜ਼ਪੁਰ ਪੁਲਿਸ ਦੇ ਤਲਵੰਡੀ ਭਾਈ ਥਾਣਾ CIA ਸਟਾਫ ਸਾਰੇ ਅਫਸਰਾਂ ਨੇ ਅਤੇ SHO ਸਾਹਿਬਾਨ ਨੇ ਬਹੁਤ ਵਧੀਆ ਇਹ ਕਾਰਗੁਜ਼ਾਰੀ ਦਾ ਅੱਜ ਪ੍ਰਗਟਾਵਾ ਕੀਤਾ, ਉਹਨੂੰ ਕਾਬੂ ਕੀਤਾ। ਇਹਦੇ ਨਾਲ ਆ ਜਿਹੜੀ ਅਗਲੀ ਜਿਹੜੀ ਉਹਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਅਗਲੀ ਪੁੱਛਗਿੱਛ ਦੌਰਾਨ ਜੋ ਗੱਲਾਂ ਕੇ ਸਾਹਮਣੇ ਆਉਣਗੀਆਂ। ਸਰ, ਕਿੰਨੀ ਚੌਹਾਨ ਜਵਾਲਸ ਤੇ ਪਿਛਲੇ 12 ਨਵੰਬਰ ਨੂੰ ਫਾਇਰਿੰਗ ਕਰਕੇ ਗਏ ਸੀ 3 ਬੰਦੇ, ਕੰਧ ਟੱਪ ਕੇ ਉਹਨਾਂ ਨੇ ਅੰਦਰ ਵੜ ਕੇ ਉਹਨਾਂ ਦੀ ਫਾਇਰਿੰਗ ਕੀਤੀ ਸੀ, ਕਿਉਂਕਿ ਉਹਨਾਂ ਤੋਂ ਉਹਨਾਂ ਨੇ ਪਹਿਲਾਂ ਫਰੌਤੀ ਦੀ ਮੰਗ ਕੀਤੀ ਸੀ। ਅਰਸ਼ ਡੱਲੇ ਤੇ ਪੀਤੇ ਭੰਗਾਲੇ ਨੇ, ਉਹ ਉਹਨਾਂ ਨੇ ਫਰੌਤੀ ਦੇਣ ਤੋਂ ਗੁਰੇਜ਼ ਕੀਤਾ ਸੀ। ਗੁਰੇਜ਼ ਕਰਨ ਦੇ ਤੋਂ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਡਰਾ ਕੇ ਆਓ ਅਤੇ ਫਾਇਰਿੰਗ ਕਰਕੇ ਆਓ ਵੀ ਫਿਰ ਇਹ ਫਰੌਤੀ ਦੇ। ਕੱਲ੍ਹ ਫਾਇਰਿੰਗ ਕਰਨ ਦੇ ਮੂਡ 'ਚ ਸੀ, ਕੱਲ੍ਹ ਜਿਹੜਾ ਵੈਪਨ ਲੈ ਕੇ ਆਇਆ ਸੀ, ਕੱਲ੍ਹ ਦੁਬਾਰਾ ਫਿਰ ਉੱਥੇ ਇਹਨੇ ਆ ਕੇ ਰੈਕੀ ਕਰਨੀ ਸੀ। ਰੈਕੀ ਕਰਕੇ ਹੋ ਸਕਦਾ ਫਾਇਰਿੰਗ ਵੀ ਕਰਨੀ ਸੀ, ਉਹ ਪਾਰਟ ਆਫ ਇਨਵੈਸਟੀਗੇਸ਼ਨ। ਪੁਲਿਸ ਮੁਲਾਜ਼ਮ ਨਹੀਂ ਜ਼ਖਮੀ ਨਹੀਂ ਹੋਏ, ਪੁਲਿਸ ਮੁਲਾਜ਼ਮ ਦਾ ਨਾਕਾ ਬੜੀ ਉਹਨਾਂ ਨੇ ਮੁਸਤੈਦੀ ਨਾਲ ਲਾਇਆ ਹੋਇਆ ਸੀ, ਆਪਣੇ ਆਪ ਦਾ ਬਚਾਅ ਉਹਨਾਂ ਨੇ ਕੀਤਾ ਤੇ ਇਹਨੂੰ ਗੋਲੀ ਮਾਰ ਦਿੱਤੀ। ਸਰ, ਕਿਹੜੀ ਗੱਡੀ? ਇਹਨੇ ਵੀ ਗੋਲੀ ਚਲਾਈ ਸੀ ਅੱਗੋਂ, ਇਹਨੇ ਪਹਿਲੇ ਗੋਲੀ ਚਲਾਈ ਸੀਗੀ। ਹਾਂਜੀ, ਇਹਨੇ ਪਹਿਲਾਂ ਗੋਲੀ ਚਲਾਈ ਸੀ, ਇਹ ਮੋਟਰਸਾਈਕਲ ਤੇ ਆਈ ਸੀ, ਮੋਟਰਸਾਈਕਲ ਵੀ ਕਾਬੂ। ਕਿੰਨੇ ਜਣੇ ਹੈਗੇ ਸੀ ਸਰ ਮੋਟਰਸਾਈਕਲ ਤੇ? ਇਹ ਇਕੱਲੇ ਹੀ ਜਾਣਾ ਸੀ, ਇਹ ਰੈਕੀ ਕਰਨ ਆਇਆ ਸੀ ਤੇ ਆਪਦੇ ਪਾਸ ਇਹਦੇ ਕੋਲੋਂ ਵੈਪਨ ਸੀ। ਸਰ, ਕੀ ਨਾਮ ਹੈ ਸਰ ਇਹਦਾ? ਪੂਰਾ ਜਿਹੜੇ ਨੇ ਉਹ ਹੈਵੀ ਲੋਡੇ ਦੇ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੁਡੇ।